ਵੀ ਇੱਥੇ ਰੋਕ ਲਾਏ ਵੀ ਮੇਰੇ ਪਤਾ ਸੀ ਮੈਂ ਕਿੱਥੇ ਹੀ ਗ੍ਰਹਿ ਮੰਤਰੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਮੈਂ ਬਿਲਕੁਲ ਇਹ ਠੀਕ ਹੈ ਕਿ ਉਹ ਜਿਹੜਾ ਉਹਨੇ ਕਿਹਾ ਕਿ ਪਤਾ ਸੀ, ਔਰ ਮੇਰਾ ਖਿਆਲ ਕਿ ਜਾਂ ਮੇਰੇ ਘਰ ਰਿਹਾ ਹੋਣਾ ਅਤੇ ਜਾਂ ਸੀਐਮ ਦੇ ਘਰ ਹੋਣਾ, ਬਾਹਰ ਤਾਂ ਕਿਤੇ ਰਹਿ ਨਹੀਂ ਸਕਦਾ ਕਿਉਂਕਿ ਮੇਰੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ, ਸਾਡਾ ਆਪਸ ਵਿੱਚ ਇੰਨਾ ਜ਼ਿਆਦਾ ਪ੍ਰੇਮ ਹੈ ਕਿ ਅਸੀਂ ਦੋਨੋਂ ਹੀ ਇਕੱਠੇ ਫਿਰਦੇ ਹਾਂ, ਅਤੇ ਇੰਨੇ ਦਿਨ ਜਿਹੜਾ ਰਿਹਾ ਉਹਨੂੰ ਕਿਤੇ ਪੁੱਛਣ ਦੀ ਲੋੜ ਹੀ ਨਹੀਂ, ਤੁਹਾਨੂੰ ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਉਹ ਮੇਰੇ 50 ਨੰਬਰ ਕੋਠੀ ਦੇ ਵਿੱਚ ਰਹਿੰਦਾ ਰਿਹਾ, ਵਿਦ ਫੈਮਿਲੀ ਰਹਿੰਦਾ ਰਿਹਾ। ਮੈਂ ਪਿੰਡ ਉਹਨੇ ਦਿਨ ਚੰਡੀਗੜ੍ਹ ਨਹੀਂ ਸੀ, ਮੈਂ ਪਿੰਡ ਆ ਗਿਆ ਸੀ। ਮੈਂ ਕਿਹਾ ਤੁਸੀਂ ਮੇਰਾ ਘਰ ਵਰਤੋ ਅਤੇ ਜਦੋਂ ਕਿਤੇ ਲੋੜ ਪਵੇ ਗਾਏ ਬਗਾਏ। ਅਤੇ 46 ਨੰਬਰ 'ਚ ਸਾਡੇ ਮੁੱਖ ਮੰਤਰੀ ਸਾਹਿਬ ਰਹਿੰਦੇ ਸੀ, ਉੱਥੋਂ ਉਹਨਾਂ ਦੇ ਘਰ ਪਹੁੰਚ ਜਾਂਦਾ ਸੀ, ਅਤੇ ਜੇ ਕਿਤੇ ਬਹੁਤੀ ਗੱਲ ਉਹਨੂੰ ਕਿਤੇ ਜ਼ਿਆਦਾ ਲੋੜ ਪੈ ਜਾਂਦੀ ਸੀ ਅਤੇ ਉਹਦੇ ਬਾਅਦ ਉਹ ਸਿੱਧਾ ਹੀ ਅਮਿਤ ਸ਼ਾਹ ਜੀ ਦੇ ਘਰ ਵੀ ਕੋਈ 2-3 ਦਿਨ ਉੱਥੇ ਰਹਿ ਕੇ ਵੀ ਉਹਨੇ ਆਪਣੇ ਦਿਨ ਬਤੀਤ ਕੀਤੇ। ਸਰ ਅੱਜ ਟਿਕਟ ਜਾਰੀ ਲਿਸਟ ਜਾਰੀ ਹੋ ਸਕਦੀ ਪਹਿਲੀ ਜੀ ਕਾਂਗਰਸ ਦੀ? ਬਿਲਕੁਲ ਹੋਏਗੀ ਜੀ, ਔਰ ਸ਼ਾਮ ਤੱਕ ਤੁਹਾਨੂੰ ਲਿਸਟ ਪਹੁੰਚ। ਥੈਂਕ ਯੂ ਜੀ।